कलगी वालिया तेरिया करनिया ने साडा संगल गुलामी दा तोड़ दिता। मेल जोल के चौहां श्रेणिया नू नवे मोड़ वाला कौम नू मोड़ दिता। ऐसी मुर्दिया दिलां विच जान पाई फड़ के चिड़ी ने बाज मरोड़ दिता। एक हाथ माला ते दूजे ते गदे के भगती शक्ति नू इकट्ठियां जोड़ दिता। भगती शक्ति नू इकट्ठियां जोड़ दिता। सतगुर कलगी तरनी ऐसी कौम सजा दित्ती। अमृत बूटी देके अनोखी पान चढ़ा दित्ती। अमृत बूटी देके अनोखी पान चढ़ा दित्ती। ओ बेच मदान द नचिया हर सिंखंडे तारां दे। पंत खालसा पलिया है छावे तलवारां दे। पंत खालसा पलिया है छावे तलवारां दे। सतगुर कलगी तरनी ऐसी कौम सजा दित्ती। अमृत बूटी देके अनोखी पान चढ़ा दित्ती। अमृत बूटी देके अनोखी पान चढ़ा दित्ती। ओ बेच मदान दे नचिया हर सिंखंडे तारां दे। पंत खालसा पलिया है छावे तलवारां दे। पंत खालसा पलिया है छावे तलवारां दे। ओ कल्ला कल्ला सिंह सिलखा नाल लड़ा दिता। कल्ला कल्ला सिंह सिलखा नाल लड़ा दिता। दुनिया नालों वखरा सी इतिहास बना दिता। दुनिया नालों वखरा सी इतिहास बना दिता। हो अगे कोई ना खड़िया वैरी सा सवारां दे। पंत खालसा पलिया है छावे तलवारां दे। पंत खालसा पलिया है छावे तलवारां दे। चाड़ चड़कड़ियां वांग तूंबियां सिंगी उड़ाए सी। मरनो मूल न डरदे ना डोले कुबराए सी। मरनो मूल न डरदे ना डोले कुबराए सी। हो दाइए सिरां दे लाए ना जित्तां ते हारां दे। पंत खालसा पलिया है छावे तलवारां दे। पंत खालसा पलिया है छावे तलवारां दे। वैरी थर थर कंबदा हाड़े बोते कटदारिया। लथे सिर वी सिंह गुरु दा सील लकारे प्या। लथे सिर वी सिंह गुरु दा सील लकारे प्या। ओ गाटे तड़ तो लाए दुश्मन सी हजारा दे। गाटे तड़ तो लाए दुश्मन सी हजारा दे। पंत खालसा पलिया है छावे तलवारा दे। पंत खालसा पलिया है छावे तलवारा दे। हो दुश्मन चढ़ के औंदार क्या सिंह मकौने ने। दुश्मन चढ़ के औंदारिया क्या सिंह मकौने ने। सिंह किसे तो मुक्के ना होए दूने चौने ने। सिंह किसे तो मुक्के ना होए दूने चौने ने। हो चढ़ गए पेटा कौम लई सिंह सन परवारा दे। पंत खालसा पलिया है छावे तलवारा दे। पंत खालसा पलिया है छावे तलवारां दे। इंजन के
ਗੱਡੀਆਂ ਰੋਗਤ ਤੇ ਸਿੰਘ ਛਾਤੀ ਡਾਗੇ ਸੀ, ਸੌਖਾ ਕੋਈ ਨਾ ਗਿਆ ਸਿੰਘਾਂ ਨਾਲ ਮੱਥਾ ਲਾਗੇ ਸੀ, ਸੌਖਾ ਕੋਈ ਨਾ ਗਿਆ ਸਿੰਘਾਂ ਨਾਲ ਮੱਥਾ ਲਾਗੇ ਸੀ। ਹੋ ਗੀਤ ਵਤਨ ਦੇ ਗਾਉਂਦੇ ਜੋਧੇ ਨਾਲ ਪਿਆਰਾਂ ਦੇ, ਪੰਥ ਖਾਲਸਾ ਪੜਿਆ ਹੈ ਛਾਵੇਂ ਤਲਵਾਰਾਂ ਦੇ, ਪੰਥ ਖਾਲਸਾ ਪੜਿਆ ਹੈ ਛਾਵੇਂ ਤਲਵਾਰਾਂ ਦੇ। ਕੀਰੀ ਯਾਰੀਆਂ ਨਾਲ ਕਈ ਸਿੰਘ ਦੇ ਗੀ ਬਾਲੇ ਜੀ, ਜ਼ਾਲਮ ਥਰ ਥਰ ਕੰਬਦਾ ਹੋ ਕੇ ਹਾਲ ਬਿਹਾਲੇ ਜੀ, ਵੈਰੀ ਥਰ ਥਰ ਕੰਬਦਾ ਹੋ ਕੇ ਹਾਲ ਬਿਹਾਲੇ ਜੀ। ਓ ਦੰਗ ਰਹਿ ਗਿਆ ਵੈਰੀ ਵੇਖ ਸਿੰਘਾਂ ਦੀਆਂ ਕਾਰਾਂ ਦੇ, ਹੋ 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 ਦੰਗ ਰਹਿ ਗਿਆ ਵੈਰੀ ਵੇਖ ਸਿੰਘਾਂ ਦੀਆਂ ਕਾਰਾਂ ਦੇ, ਪੰਥ ਖਾਲਸਾ ਪੜਿਆ ਹੈ ਛਾਵੇਂ ਤਲਵਾਰਾਂ ਦੇ, ਪੰਥ ਖਾਲਸਾ ਪੜਿਆ ਹੈ ਛਾਵੇਂ ਤਲਵਾਰਾਂ ਦੇ। ਕਵਿੰਦਰਾ ਸਿੰਘ ਮਕਾਉਣੇ ਇੰਨੇ ਸੌਖੇ ਨਹੀਂ, ਕਹਿਲ ਕਵਿੰਦਰਾ ਸਿੰਘ ਮਕਾਉਣੇ ਇੰਨੇ ਸੌਖੇ ਨਹੀਂ, ਗਲੋਂ ਗੁਲਾਮੀ ਸੰਗਲ ਲਾਉਣੇ ਇੰਨੇ ਸੌਖੇ ਨਹੀਂ, ਗਲੋਂ ਗੁਲਾਮੀ ਸੰਗਲ ਲਾਉਣੇ ਇੰਨੇ ਸੌਖੇ ਨਹੀਂ। ਉਹ ਹਰਮਨ ਹੈਪੀ ਜੋੜ ਸੀ ਚੌਂਕੀ ਸੱਚੀਆਂ ਟਾਰਾਂ ਦੇ, ਪੰਥ ਖਾਲਸਾ ਪੜਿਆ ਹੈ ਛਾਵੇਂ ਤਲਵਾਰਾਂ ਦੇ, ਪੰਥ ਖਾਲਸਾ ਪੜਿਆ ਹੈ ਛਾਵੇਂ ਤਲਵਾਰਾਂ ਦੇ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਜੀ, ਅੱਜ ਦੇ ਪ੍ਰੋਗਰਾਮ ਵਿੱਚ ਇੰਦਰਾ ਗਾਂਧੀ ਦੇ ਕਤਲ ਹੋ ਜਾਣ ਤੋਂ ਬਾਅਦ ਜਿਹੜਾ ਸਿੱਖ ਕੌਮ ਦੇ ਨਾਲ ਤਸ਼ੱਦਦ ਹੋਇਆ, ਉਹਨਾਂ ਦੇ ਵਿਚਾਰ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾਣੇ ਨੇ, ਜਿਹਦੀ ਰਿਕਾਰਡਿੰਗ ਅਸੀਸ ਰਿਕਾਰਡ ਕੰਪਨੀ ਵੱਲੋਂ ਰੈਕਰੂਮ ਸਟੂਡੀਓ ਵਿਖੇ ਹੋ ਰਹੀ ਹੈ। ਆਓ ਦਿਓ ਆਗਿਆ ਇੱਕੋ ਵਾਰੀ ਕਹਿਣ 'ਤੇ ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਿਆਨ ਦੇਣਾ ਗੁਰੂ ਖਾਲਸਾ ਜੀ, ਆਪਣੀਆਂ ਬਿਰਤੀਆਂ ਦਿੱਲੀ ਦੇ ਵਿੱਚ ਦਿਲਵਾਲੀ ਮਹੱਲਾ ਰਾਇਸੀਨਾ ਧਰਮਸ਼ਾਲਾ ਦੇ ਕੋਲ ਲੈ ਚੱਲੋ। ਇਸ ਮਹੱਲੇ ਦੇ ਵਿੱਚ ਜੂਨ ਸਿੰਘ ਸਰਦਾਰ, ਇਹਦੀ ਧਰਮਸ ਪਤਨੀ ਬੀਬੀ ਵੀਰ ਕੌਰ ਰਹਿੰਦੀ ਹੈ। ਇਹਨਾਂ ਦੀ ਸ਼ਾਦੀ ਨੂੰ ਕਾਫੀ ਸਮਾਂ ਹੋ ਗਿਆ, ਇਹਨਾਂ ਦੇ ਘਰ ਵਿੱਚ ਕੋਈ ਸੰਤਾਨ ਪੈਦਾ ਨਾ ਹੋਈ, ਸਮਾਂ ਆਪਣੀ ਚਾਲੇ ਚੱਲਿਆ। ਇਹਨਾਂ ਫਿਰ ਆਖਿਰਕਾਰ ਗੁਰੂ ਬਾਬੇ ਨਾਨਕ ਦੇ ਘਰ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਣਾ ਕੀਤਾ, ਇੱਥੇ ਅਰਦਾਸ ਕੀਤੀ। ਇਹਨਾਂ ਦੋਵਾਂ ਨੇ ਇੱਕ ਪੁੱਤ ਮੰਗਿਆ, ਸਤਿਗੁਰ ਨੇ ਕਿਰਪਾ ਕੀਤੀ, ਇਹਨਾਂ ਨੂੰ ਚੌਂ ਪੁੱਤਾਂ ਦੀ ਬਖਸ਼ਿਸ਼ ਹੋਈ। ਇਸੇ ਹੀ ਮਹੱਲੇ ਦੇ ਵਿੱਚ ਤਿੰਨ ਚਾਰ ਘਰ ਛੱਡ ਕੇ ਇੱਕ ਕਰਮਚੰਦ ਹਿੰਦੂ ਰਹਿੰਦਾ, ਇਹਦੇ ਘਰ ਵਿੱਚ ਵੀ ਸੰਤਾਨ ਦਾ ਸੁੱਖ ਨਹੀਂ। ਇੱਕ ਦਿਨ ਜੂਨ ਸਿੰਘ ਸਰਦਾਰ ਦੇ ਘਰ ਆਇਆ, ਇਹ ਸਰਦਾਰ ਆਪਣੇ ਚੌਂ ਪੁੱਤਾਂ ਦੇ ਸਮੇਤ ਹਰਿਮੰਦਰ ਸਾਹਿਬ ਦੀ ਧਰਤੀ 'ਤੇ ਦਰਸ਼ਨ ਕਰਨ ਵਾਸਤੇ ਤਿਆਰੀ ਕਰ ਰਿਹਾ। ਕਰਮਚੰਦ ਹਿੰਦੂ ਨੇ ਪੁੱਛਿਆ, ਸਰਦਾਰਾ ਕਿੱਥੇ ਚੱਲਿਆ? ਇਹਨੇ ਆਖਿਆ, ਜਿੱਥੋਂ ਮੈਂ ਆਪਣੇ ਚੌਂ ਪੁੱਤਾਂ ਦੀ ਪ੍ਰਾਪਤੀ ਕੀਤੀ ਹੈ, ਉਸ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚ ਕੇ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਚੱਲਿਆ। ਇਹਨੇ ਆਖਿਆ, ਇੱਥੋਂ ਤੈਨੂੰ ਚਾਰ ਪੁੱਤ ਮਿਲੇ ਨੇ? ਜੂਨ ਸਿੰਘ ਸਰਦਾਰ ਨੇ ਆਖਿਆ, ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਮੈਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਇੱਕ ਮੰਗਿਆ ਚਾਰ ਦਿੱਤੇ ਨੇ। ਕਰਮਚੰਦ ਹਿੰਦੂ ਦਾ ਵੀ ਵਿਸ਼ਵਾਸ ਵੱਜਾ, ਕਰਮਚੰਦ ਹਿੰਦੂ ਨੇ ਵੀ ਇਹਦੇ ਨਾਲ ਤਿਆਰੀ ਕੀਤੀ ਹੈ। ਆਇਆ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ, ਇਹਨੇ ਅਰਦਾਸ ਕੀਤੀ ਅਤੇ ਦੋ ਪੁੱਤਾਂ ਦੀ ਪ੍ਰਾਪਤੀ ਕਰਮਚੰਦ ਹਿੰਦੂ ਨੂੰ ਵੀ ਹੋਈ। ਉਸ ਦਿਨ ਤੋਂ ਜੂਨ ਸਿੰਘ ਸਰਦਾਰ ਅਤੇ ਕਰਮਚੰਦ ਹਿੰਦੂ ਦਾ ਗੂੜਾ ਪਿਆਰ ਬਣ ਗਿਆ, ਆਪਸ ਵਿੱਚ ਇਹ ਬੜੇ ਗੂੜੇ ਮਿੱਤਰ ਬਣੇ ਨੇ, ਇੱਕ ਦੂਜੇ ਦੇ ਸਾਹਾਂ ਨਾਲ ਜੀਣ ਲੱਗੇ ਨੇ, ਸਮਾਂ ਆਪਣੇ ਚਾਲੇ ਚੱਲਿਆ। ਇੱਧਰੋਂ ਗੁਰੂ ਖਾਲਸਾ ਜੀ ਜੂਨ ਸਿੰਘ ਸਰਦਾਰ ਦੀ ਧਰਮਸ ਪਤਨੀ ਨੂੰ ਕੋਈ ਸਰੀਰਕ ਤੌਰ 'ਤੇ ਭਿਆਨਕ ਰੋਗ ਲੱਗ ਗਿਆ, ਇਹਨੇ ਆਪਣੇ ਪਤੀ ਦੇਵ ਜੂਨ ਸਿੰਘ ਅਤੇ ਆਪਣੇ ਚੌਂ ਪੁੱਤਾਂ ਨੂੰ ਕੋਲ ਬਿਠਾ ਕੇ ਆਖਿਆ ਕਿ ਸਰਦਾਰਾ, ਆਪਾਂ ਨੂੰ ਚੌਂ ਪੁੱਤਾਂ ਦੀ ਪ੍ਰਾਪਤੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚੋਂ ਹੋਈ ਹੈ, ਮੈਂ ਆਪਣਾ ਮਾਂ ਵਾਲਾ ਫਰਜ਼ ਨਿਭਾਇਆ, ਅੱਜ ਤੱਕ ਪੁੱਤਰਾਂ ਦੀ ਸਿੱਖੀ ਨੂੰ ਸਾਂਭ ਕੇ ਰੱਖਿਆ, ਕਿੰਨਾ ਚੰਗਾ ਹੋਵੇ ਮੈਂ ਤਾਂ
गुरु के दर्शन करने वास्ते नहीं जा सकांगी, तू अपने चौं पुत्तां नूं नाल लै के गुरु रामदास पातशाह के चरणों में पहुँच के इन्हों गुरु गोबिंद सिंह पातशाह के अमृत के खंडे बाटे की दात प्राप्त करवा के लिया, क्योंकि उत्थे पंजवें पातशाह की शहादत का दिहाड़ा मनाया जा रहा है। नाले तो गुरु पातशाह के पितृ गुरधामां के दर्शन हो जाएंगे, तो नाले साडे बच्चे अमृत की दात प्राप्त कर लेंगे। जून सिंह सरदार ने अपनी धर्म सपत्नी का कहना मन के 28 मई की शाम को खालसा जी दिल्ली स्टेशन तो अमृतसर जाने वास्ते गड्डी फड़ी है। ये 29 मई को अमृत वेले अमृतसर स्टेशन पर पहुंची है। जदों अमृतसर स्टेशन तो बाहर होया अगले बन्ने श्रोमणी गुरद्वारा प्रबंधक कमेटी वालों फ्री यात्रू सेवा वास्ते बस लगी हुई है। लोग भज भज के बस में सवार हो रहे हैं। जून सिंह सरदार ने भी अपने चौं पुत्तां नूं नाल लैके बस में सवार होना कीता है। पहुंचा हरिमंदर साहब की धरती ते ये गुरु पातशाह के पितृ गुरधामां विच नतमस्तक हो के ये उत्थे अमृत संचार विच पहुंचा है। इन्हें आप अमृत छकिया है, अपने पुत्तां नूं अमृत छका के जदों बाहर आया ये परिक्रमा विच जा रहा है। दो सिख आपस विच गल्लां कर रहे ने कि इत्थे संत महापुरश बाबा जरनैल सिंह जी भिंडरां वाले भी 27 नंबर कमरे में ठहरे हुए ने। ये मन में भावना आई, इन्हें आख्या कि चंगा होगा जे गुरु रामदास पातशाह के पुत्र गुरधामा के दर्शन होए ने तो महापुरशों के भी दर्शन करते जाइए। ये 27 नंबर कमरे के नेड़े होया अगले बन्ने दरवाजे ते भाई निर्मल सिंह जी जो महापुरशों का अंग रखक जिहड़ा साथी खलोता होया, इन्हें बेनती की कि मैं महापुरशों के दर्शन करने ने। उन्हें अंदर लगा दिता है। अंदर लंघ के इन्हां पंजां प्यो पुत्तां ने फतेह बुलाई है, आख्या वाहेगुरु जी का खालसा वाहेगुरु जी की फतेह। फतेह बुलाई दे महापुरश बड़े खुश होए ने, क्योंकि इन्हां ने चिट्टे रंग के कुर्ते पहने हुए ने, उपरों की काले रंग के गात्रे पहने हुए ने। इन्हां दे सिरां ते खालसा जी पीले रंग दियां जदों दस्तारां वेखियां महापुरशां ने खुश होकर इन्हां नूं कोल बिठाया है। कोल बिठाउण तो बाद इन्हां लई जल पाणी मंगवाया है। जल पाणी मंगवाउण तो बाद अपने साथियों नूं महापुरशां ने हुक्म कीता कि इन्हां दे सिरां ते पीले रंग दे जिहड़े 2.5 मीटर दे जिहड़े दमाले बद्धे होए ने इह बड़े सत्कार सहित कला कला पेश करके उतार के इन्हां दे सिरां ते टकसाली दमाले सजा दिते जाण। इस तरह होया, पंजां दे सिर ते टकसाली दमाले सजा दिते गए ने। कुछ समा महापुरशां नाल विचार करके जून सिंह सरदार ने महापुरश दे कोलों छुट्टी लैण दा जदों आग्या मंगी है ते खालसा जी महापुरशां ने जून सिंह सरदार नूं तुरन तों पहलां आख्या कि सरदारा अज जिहड़े तुहाडे सिर ते टकसाली दमाले सजा दिते गए ने, याद रखो ये दस्तारा मेरियां नहीं, यह दस्तारा गुरु कलगीधर पातशाह की बख्शिश कीतियां होईयां दस्तारा ने, इन्हां दी लाज रखनी है। जून सिंह सरदार ने आख्या महापुरशो ताड़ा आशीर्वाद होवेगा, जिउंदे जी साडे सिर ते बजी होई पग नूं कोई हथ पाउण दा जतन नहीं करेगा। इन्नी गल कह के इन्हां ने लास्ट विच फतेह बुलाई ते कमरे विचों बाहर आ गए ने। जदों कमरे विचों बाहर आए खालसा जी परिक्रमा विच तुरे जा रहे ने। अज इत्थे 30 मई का जिहड़ा दिन हो गया, 30 मई वाले दिन जदों परिक्रमा विच जाते हुए ये मेन गेट वल तुरे जा रहे ने। इन्हां दे महल्ले दा रहण वाला गुरु दा सिख वह भी गुरु के दर्शन करने वास्ते आया, इन्हां नूं मिलिया। जून सिंह सरदार नूं कोल खिलार के आखन लगा, सरदारा कल जदों मैं अपने घरों तुरिया सां तेरे घर विच बड़ा रौला पै रहा सी, मैनूं लगदा कि तेरी धर्म सपत्नी की सेहत जिहड़ी है वह ज़्यादा ढिली हो गई है, तैनूं हुण अपने घर चले जाना चाहीदा है। ये 30 मई वाले दिन खालसा जी मेन गेट तो बाहर होया ते 1 मई नूं इस जालम सरकारां वल्लों हरिमंदर साहब की धरती के आले दुआले बड़ा सख्त घेरा पाया जाता है। आप सारे जानते हो 1 जून तो लैके 6 जून तक किन्नी जालम सरकार वालों कतलेआम की गई, जिहदा अंदाजा लाना बड़ा औखा है। जदों इस इतिहास के पन्ने नूं फरोलीए पैरां तो लैके सिर तक शरीर कंबदा है सुनण वाले दा ते सुनाउण वाले दा। जे जून 84 आउंदी ना सरकार हनेरी चलाउंदी ना, कोई मैं अपने पुत्तां नूं ते भैण वीरां नूं रोंदी ना, किसे ने नहीं सी हथियार उठाउणे ना अतवादी अखवाउणा सी,
जे हक मिल जांदे सिखां नूं अज पंजाब होर ही होना सी। अज गुरु खालसा जी पहली बारी मौके दियां सरकारां ने सिखां नाल धक्का नहीं कीता, ये शुरू तो सिखां नाल वितकरा करदे आ रहे ने। 1947 देश नूं आजाद करवाउण वास्ते खालसा जी अजे आजादी की फसल हराउण वास्ते आरंभता हुंदी है, ते 121 फांसियां हुंदियां है जिन्हां दे विचों 94 फांसियां पंजाबियां दियां होईयां ने। अजे आजादी की फसल हराउण वास्ते जदों खालसा जी हाँ दा नारा मारिया गया 2647 जिहड़ियां काले पाणी दियां सजावां हुंदियां ने, जिन्हां दे विचों 2147 जिहड़े सजावां उह पंजाबियां ने कट्टियां ने। आओ गुरु खालसा जी, कई बारी इन्हां जालम सरकारां ने यह बहाना लाया कि असी 6 जून नूं अटैक 1984 विच तां कीता सी, इत्थे भिंडरांवालिआं ने बहुत वड्डी मोर्चेबंदी कीती होई है, इत्थे भिंडरांवालिआं दे साथियां वल्लों बड़े वड्डे हथियार रखे जांदे सन, क्योंकि जे थोड़ी जी पिछले इतिहास नूं झाती मारीए 1947 तो ठीक 8 सालां बाद 1955 दे विच वी इन्हां जालमां ने हरिमंदर साहिब की बेदबी की सी। उदों सिखां दे कोल कोई हथियार नहीं, जे कोई थोड़े सिखां दे कोल लाइसेंसी पिस्तौल सन जां लाइसेंसी दनालियां सन, इन्हां पहलां खोह लईआं, अज सिखां दे कोल कुछ भी नहीं। जिन्हां ने अपने शरीर नाल उत्थे धरना दिता ते शांतमई बैठिया होयां नूं सिख संगतां नूं इन्हां ने अपनियां डांगां दे नाल जख्मी कर दिता, एक मौके दी सरकार दा बहाना है। आओ मैं एक झाती 1984 दी कतलेआम एक कविता दे राहीं तुहाडे नाल सांझी कर लगा है, जिन्हों पेश कर लगे ने भाई हरिंदर सिंह जौल, भाई जसविंदर सिंह हीरा, भाई हरमन सिंह दलेर ते भाई लखविंदर सिंह दर्दी, दबुरजी तरन तरन वाले हे ऐं कह रहे ने बई। हर जुलमी ने जुलम कमाया सिख मटावण लई, सिख जूझदे रहे हमेशा जुलम हरावण लई, सिख जूझदे रहे हमेशा जुलम हरावण लई। ओ पहली वारी नहीं चलिया सिखी ते आरा जी, नहीं भुलना सन जून 84 कल्लू कारा जी, नहीं भुलना सन जून 84 कल्लू कारा जी। हर जुलमी ने जुलम कमाया सिख मटावण लई, सिख जूझदे रहे हमेशा जुलम हरावण लई, सिख जूझदे रहे हमेशा जुलम हरावण लई। हो पहली वारी नहीं चलिया सिखी ते आरा जी, नहीं भुलना सन जून 84 कल्लू कारा जी, नहीं भुलना सन जून 84 कल्लू कारा जी। ओ बिना वजह इन कौम दे हीरे फड़ फड़ मारे जी, फड़ फड़ मारे जी, फड़ फड़े ना मार दते मावां दे तारे जी, फड़ फड़े ना मार दते मावां दे तारे जी। हो बच्चा बुढ़ा नहीं बख्शिया गरीब बेचारा जी, नहीं भुलना सन जून 84 कल्लू कारा जी, नहीं भुलना सन जून 84 कल्लू कारा जी। ओ समय समय अबदाली वर्गे योर लगाउंदे रहे, हाथ करारे वेख सिंगा दे सीक भराउंदे रहे, हाथ करारे वेख सिंगा दे सीक भराउंदे रहे। ओ हर मैदान विच हार गया जुलमी हत्यारा जी, नहीं भुलना सन जून 84 कल्लू कारा जी, नहीं भुलना सन जून 84 कल्लू कारा जी। ओ सिदक परखिया देगारिया रंबियां बरछियां ने, रंबियां बरछियां ने योर जमाया कई वारी सी कौमां हरखियां ने, योर जमाया कई वारी सी कौमां हरखियां ने। ओ हदों वध के जोर लगाया देश गदारां जी, नहीं भुलना सन जून 84 कल्लू कारा जी, हदों वध के जोर लगाया देश गदारां जी, नहीं भुलना सन जून 84 कल्लू कारा जी, नहीं भुलना सन जून 84 कल्लू कारा जी। हरी मंदर नूं टौण दे लई जो चढ़ चढ़ आउंदा रिहा, हर मंदर नूं टौण दे लई जुड़ चढ़ चढ़ आउंदा रिहा,
चढ़ चढ़ आउंदा रिया नरक कोर दी नदी च पापी गोते लाउंदा रिया नरक कोर दी नदी च पापी गोते लाउंदा रिया हो लोक प्रलोक गवा गया करके पुठा कारा जी नहीं पुलना सन जून 84 कल्लू कारा जी नहीं पुलना सन जून 84 कल्लू कारा जी ओ दिल्ली तख्त ते बह के जुल्मी जुल्म कमाउंदा रिया जुल्म कमाउंदा रिया आखर पापी कीते ते बहुता पछताउंदा रिया आखर पापी कीते ते बहुता पछताउंदा रिया ओ पापी बंदा अंत पाप दे करके हारा जी नहीं पुलना सन जून 84 कल्लू कारा जी नहीं पुलना सन जून 84 कल्लू कारा जी ओ गिन गिन गिनती हार गए लाशां दे टेरां दी रीस कोई ना कर सकया सी मर्द दलेरां दी रीस कोई ना कर सकया सी मर्द दलेरां दी ओ वैन खून दा वै गया बन हड्डियां दा वैन खून दा वह गया बन हड्डियां दा गारा जी नहीं पुलना सन जून 84 कल्लू कारा जी नहीं पुलना सन जून 84 कल्लू कारा जी दर्दी इना कैर वेख के धरती ही रोई है दर्दी इना कर वेख के धरती रोई है उच्ची उच्ची मार के तहां बेवस होई है उच्ची उच्ची मार के तहां बेवस होई है ओ हरमन हैप्पी जौड़ा टलया नहीं हत्यारा जी नहीं पुलना सन जून 84 कल्लू कारा जी नहीं पुलना सन जून 84 कल्लू कारा जी नहीं पुलना सन जून 84 कल्लू कारा जी साडे सिदकनू परखिया कई वारी देगा आरियां रंबियां बरशियां ने कईयां वैरियां साडी अजमाइश कीती अवदाली लोधी पठान जियां कौमां हरखियां ने सानू एवें नहीं लोग सरदार कहिंदे असी खुंडियां कीतियां आरियां ने घर बार ते वार परिवार बच्चे असी झलियां मुश्किलां भारियां ने दर्दी मारिया किसे दे नहीं मरदे सानू मारिया सदा गदारियां ने इन्हां मौके दियां सरकारां ने ते गदारां ने रल के 1 जून तो लैके 6 जून तक कतलेआम आरंभ दित्ती है इधरों जून सिंह सरदार रात 30 मई वाले दिन हरिमंदर साहब की धरती तो रवाना होया ते अमृतसर साहब स्टेशन ते पहुंचा है इन्हे दिल्ली जाने वाली गड्डी फड़ी है गड्डी फड़ के रात 7-8 घंटे का इन्हे सफर तय करके दिल्ली जदों पहुंचा अपने घर गया ते घर पहुंचा ते जांदियां सारी इन्हे की तकिया इहदी धर्म सपत्नी बीबी वीर कौर अकाल चलना कर गई है समा अपनी चाले चलिया इधरों 1 जून तो लैके 6 जून तक पापिया ने जिहड़ी कतलेआम की ये सारा आर्डर होया मौके दी प्रधान मंत्री इंदिरा गांधी वालों इधरों सतवंत सिंह ते बेअंत सिंह जेडे इंदिरा गांधी दे अंग रखक सन इन्हां नूं जदों पता लगा कि साडे गुरु नानक पातशाह तो लैके खालसा जी गुरु रामदास पातशाह तक एडी काल कमाई सेवा करके हरिमंदर साहब की पवित्र धरती नूं शिंगारिया इन्हां पापियां ने गोलियां नाल तोपां दे गोलियां नाल उहदी बेअदबी कर दित्ती गई है इहनूं सहारिया ना गया सतवंत सिंह ते बेअंत सिंह ने इंदिरा गांधी नूं गड्डी चढ़ दिता है पर इसे बदले की भावना करके राजीव गांधी ने आख्या इन्हां ने मेरी मां नूं मारिया सिख परिवार की कोई मां नहीं बचनी चाहिए सिख परिवारों का कोई बच्चा नहीं बचना चाहिए सिख परिवारों का कोई नौजवान नहीं बचना चाहिए सब तो ज़्यादा कतलेआम दिल्ली दे विच हुंदी है करमचंद हिंदू ये सारा सीन वेंदा है की तकिया मावां दियां गोदां दे विचों दुध चुंघदे सीर बच्चे खो के एक थां पापी जालम ढेरी करदे ने उन्हां नूं अग्नि देंदे ने जिद्दां मावां
कड़ाई दे विच तेल पा के करेलियां नूं रड़ दियां। इस तरह मावां दे नन्ने नन्ने बच्चे उन्हां दियां अखां सामने इन्हां ने भुन दिते ने। इत्थे बस नहीं, नौजवानां दे गलां विच टायर पा के उन्हां नूं अग्नि दित्ती गई। जदों अग तों व्याकुल हो के यह नौजवान तड़फदा है, यह पापी लोग वेख के खुश होंदे ने, कहिंदे ने कि सिख ते सिख दा बच्चा यह भंगड़ा पा रहा है। यह सारी कतलेआम दा सीन करमचंद हिंदू ने वेख्या है, जिहड़ा जून सिंह सरदार दा बड़ा गूढ़ा ते प्यारा मित्र सी। यह जून सिंह सरदार दे घर गया है, इहने जांदिआं सार आख्या सरदारा सिख परिवारां दे बच्चिआं दा हशर यह पापी लोग बुरी तरह कर रहे ने, तू ही सिख धर्म नाल संबंध रखदा है, तेरे परिवार नाल भी इन्हां ने इदां करना है। हुण जून सिंह सरदार कहिंदा है फिर की करना चाहिए, यह कहिंदा अज दे घरे दा SSP मेरा रिश्तेदार है, चल उहदे अगे फरियाद करिए। जून सिंह सरदार रोह विच आया है, इहदे डोले फरके ने, यह जोश विच आ के आखन लगा करमचंदा मैं 2 दिन की जिंदगी की भीख इन्हां पापियां दे कोलों नहीं मंगनी, क्योंकि मेरे वड्डियां दा इतिहास जदों पढ़िए पता लगता है उन्हां दे सिरां तों खोपड़ उतार दिते गए, उन्हां ईन ना मन्नी, उन्हां दा बंद बंद कर दिता गया, उन्हां ईन ना मन्नी। मैं भी उन्हां योधियां सूरवीर बहादुरां दा वारस हाँ, मेरे नाल भी जो होवेगा वेखी जाएगी, क्योंकि जद भी धर्म का किते विरोध होया जाना हस के वारियां तां खालसे ने मौत खालसे तो जीवन मंगदी रही, तेगा मौत नूं मारियां तां खालसे ने, शान खालसे दी उच्ची जग नालों सीस तली टकाए तां खालसे ने, धरती कंबी असमान भी डोल गया अटक जाए अटकाए तां खालसे ने, करे जो जुरत सिखी नूं मिटाउण दी काम ते धर्म ताई दाग लाउण दी, असी मोड़ दईए मूंह जालम त्यारे दे, असी खालसे हां खास गोविंद प्यारे दे। करे जुजुरत सिक्खी नूं मिटाउण दी, ओए सिक्खी नूं मिटाउण दी कौम ते धर्म ताई दाग लाउण दी, कौम ते धर्म ताई दाग लाउण दी, ओ असी मोड़ दईए मूंह जालम त्यारे दे, जालम त्यारे दे, असी खालसे हां खास गोविंद प्यारे दे, खालसे हां खास गोविंद प्यारे दे। कर जुजुरत सिक्खी नूं मिटाउण दी, ओ सिक्खी नूं मिटाउण दी कौम ते धर्म ताई दाग लाउण दी, कौम ते धर्म ताई दाग लाउण दी, ओ असी मोड़ दईए मूंह जालम त्यारे दे, जालम त्यारे दे, असी खालसे हां खास गोविंद प्यारे दे, खालसे हां खास गोविंद प्यारे दे। लत जब सीस निज हार मनी दे, निज हार मनी दे, सीस तली ते टका के वैरी ताई डानी दे, सीस तली ते टका के वैरी ताई पन दे, ओ कर देना सी चीरे नाल आरे दे, चीरे नाल आरे दे, असी खालसे हां खास गोविंद प्यारे दे, खालसे हां खास गोविंद प्यारे दे। साडी वखरी है कौम वखरी मसाल जी, वखरी है कौम वखरी मसाल जी, वखरी मसाल जी, वखरा है हुंदा चेहरे ते जलाल जी, वखरा है हुंदा चेहरे ते जलाल जी। असी करिए नवार जंग विच हारे दे, जंग विच हारे दे, असी खालसे हां खास गोविंद प्यारे दे, खालसे हां खास गोविंद प्यारे दे। होइए टुकड़े जां बंद, बंद जावे कटिया, बंद जावे कटिया, सिंह बजां वाले दाने पिछे हटिया, सिंह बजां वाले दाने पिछे हटिया, ओ असी सिखी रखी कैमा खोपड़े उतारे दे, ओ
ਉਤਾਰੇ ਦੇ ਖੋਪੜ ਉਤਾਰੇ ਦੇ ਅਸੀਂ ਖਾਲਸਿਆਂ ਖਾਸ ਗੋਬਿੰਦ ਪਿਆਰੇ ਦੇ ਖਾਲਸਿਆਂ ਖਾਸ ਗੋਬਿੰਦ ਪਿਆਰੇ ਦੇ ਖੰਡੀ ਬੱਟਿਓ ਪੁਲਾਹੀ ਪੋਲ ਗੁਰੂ ਦਸਵੇਂ ਹਾਂਜੀ ਗੁਰੂ ਦਸਵੇਂ ਨਾਲ ਲੱਖਾਂ ਦੇ ਲੜਾਇਆ ਸਾਨੂੰ ਗੁਰੂ ਦਸਵੇਂ ਨਾਲ ਲੱਖਾਂ ਦੇ ਲੜਾਇਆ ਸਾਨੂੰ ਗੁਰੂ ਦਸਵੇਂ ਓ ਜਿੰਨਾ ਕੀਤਾ ਅਫਸੋਸ ਨਾ ਪੁੱਤਰ ਵਾਰੇ ਦੇ ਨਾ ਪੁੱਤਰ ਵਾਰੇ ਦੇ ਅਸੀਂ ਖਾਲਸਿਆਂ ਖਾਸ ਗੋਬਿੰਦ ਪਿਆਰੇ ਦੇ ਖਾਲਸਿਆਂ ਖਾਸ ਗੋਬਿੰਦ ਪਿਆਰੇ ਦੇ ਬੱਚਿਆਂ ਤੇ ਟੁੱਟੀ ਮੁਗਲੀ ਪਵਾਏ ਸੀ ਓ ਮੁਗਲੀ ਪਵਾਏ ਸੀ ਸਵਾ ਸਵਾ ਮਣ ਪਿਸਣੇ ਪਸਾਏ ਸੀ ਸਵਾ ਸਵਾ ਮਣ ਪਿਸਣੇ ਪਸਾਏ ਸੀ ਰੱਬ ਮਿੱਟੀ ਚ ਮਲਾਏ ਮੈਨੂੰ ਹੱਥੇ ਆਰੇ ਦੇ ਮੈਨੂੰ ਹੱਥੇ ਆਰੇ ਦੇ ਅਸੀਂ ਖਾਲਸਿਆਂ ਖਾਸ ਗੋਬਿੰਦ ਪਿਆਰੇ ਦੇ ਖਾਲਸਿਆਂ ਖਾਸ ਗੋਬਿੰਦ ਪਿਆਰੇ ਦੇ ਅਸ ਜਿੰਦ ਜਾਣ ਕੌਮ ਲਿਖੇ ਲਾਉਣਾ ਜਾਣਦੇ ਹਾਂਜੀ ਲਾਉਣਾ ਜਾਣਦੇ ਅਸੀਂ ਰਣ ਵਿੱਚ ਵੈਰੀ ਨੂੰ ਹਰਾਉਣਾ ਜਾਣਦੇ ਰਣ ਵਿੱਚ ਵੈਰੀ ਨੂੰ ਹਰਾਉਣਾ ਜਾਣਦੇ ਅਸੀਂ ਪਿੱਠ ਪਿੱਛੇ ਵਾਰ ਕਰੀਏ ਨਾ ਮਾਰੇ ਦੇ ਕਰੀਏ ਨਾ ਮਾਰੇ ਦੇ ਅਸੀਂ ਖਾਲਸਿਆਂ ਖਾਸ ਗੋਬਿੰਦ ਪਿਆਰੇ ਦੇ ਖਾਲਸਿਆਂ ਖਾਸ ਗੋਬਿੰਦ ਪਿਆਰੇ ਦੇ ਦਰਦੀ ਕਹਿਣੀ ਅਤੇ ਕਰਨੀ ਦਾ ਪੂਰਾ ਖਾਲਸਾ ਹਾਂਜੀ ਪੂਰਾ ਖਾਲਸਾ ਕਰ ਪਰ ਨਿਨ ਬਾਵੇ ਓਯੋ ਸੂਰਾ ਖਾਲਸਾ ਕਰ ਪਰ ਨਿਨ ਬਾਵੇ ਓਯੋ ਪੂਰਾ ਖਾਲਸਾ ਓ ਹੈਪੀ ਜੋਲ ਨੇ ਮਰੀਦ ਸੱਚ ਦੇ ਦੁਆਰੇ ਦੇ ਸੱਚ ਦੇ ਦੁਆਰੇ ਦੇ ਅਸੀਂ ਖਾਲਸਿਆਂ ਖਾਸ ਗੋਬਿੰਦ ਪਿਆਰੇ ਦੇ ਖਾਲਸਿਆਂ ਖਾਸ ਗੋਬਿੰਦ ਪਿਆਰੇ ਦੇ ਖਾਲਸਿਆਂ ਖਾਸ ਗੋਬਿੰਦ ਪਿਆਰੇ ਦੇ ਕਰਮ ਚੰਦ ਹਿੰਦੂ ਤੇ ਇਹ ਕਹਿੰਦਾ ਸਰਦਾਰਾ ਮੇਰੇ ਨਾਲ ਚੱਲ ਮੇਰਾ ਰਿਸ਼ਤੇਦਾਰ SSP ਹੈ ਫਰਿਆਦ ਕਰੀਏ ਅੱਜ ਦੇ ਘੇਰੇ ਵਿੱਚੋਂ ਤੇਰਾ ਪਰਿਵਾਰ ਬਾਹਰ ਕਢਾ ਲਈਏ ਜੂਨ ਸਿੰਘ ਸਰਦਾਰ ਮੰਨਦਾ ਨਹੀਂ ਆਖਿਰਕਾਰ ਕਰਮ ਚੰਦ ਹਿੰਦੂ ਕਹਿੰਦਾ ਓਏ ਮੇਰਾ ਕਰਕੇ ਨਹੀਂ ਆਪਣੇ ਬੱਚਿਆਂ ਕਰਕੇ ਸਹੀ ਜੇ ਬੱਚਿਆਂ ਕਰਕੇ ਨਹੀਂ ਆਪਣਾ 25 ਸਾਲਾਂ ਦਾ ਜਿਹੜਾ ਗੂੜਾ ਪਿਆਰ ਹੈ ਉਹਦੀ ਸਹੁੰ ਖਾ ਕੇ ਤੈਨੂੰ ਮੈਂ ਆਹਨਾ ਕਿ ਇੱਕ ਵਾਰੀ SSP ਨੂੰ ਜ਼ਰੂਰ ਮਿਲੀਏ ਜੂਨ ਸਿੰਘ ਸਰਦਾਰ ਕਹਿੰਦਾ ਕਰਮ ਚੰਦਾ ਤੂੰ ਹੁਣ ਯਾਰੀ ਦੀ ਸਹੁੰ ਪਾਈ ਹੈ ਮੈਂ ਤੇਰੇ ਨਾਲ ਤੇ ਚਲੇ ਜਾਵਾਂਗਾ ਪਰ ਮੈਂ ਤੇਰੇ SSP ਦੇ ਕੋਲ ਜਾ ਕੇ ਫਰਿਆਦ ਨਹੀਂ ਕਰਨੀ ਕਰਮ ਚੰਦ ਨੇ ਆਖਿਆ ਗੱਲ ਸਾਰੀ ਮੈਂ ਕਰਾਂਗਾ ਅੱਗੇ ਅੱਗੇ ਕਰਮ ਚੰਦ ਤੁਰਿਆ ਜਾ ਰਿਹਾ ਪਿੱਛੇ ਪਿੱਛੇ ਜੂਨ ਸਿੰਘ ਸਰਦਾਰ ਨੇ ਆਪਣੇ ਚੌਂ ਪੁੱਤਾਂ ਨੂੰ ਨਾਲ ਲਿਆ SSP ਦੇ ਦਫ਼ਤਰ ਦੇ ਨੇੜੇ ਪਹੁੰਚੇ ਨੇ ਕਰਮ ਚੰਦ ਹਿੰਦੂ ਦਫ਼ਤਰ ਵਿੱਚ ਦਾਖਲ ਹੋਇਆ SSP ਨੂੰ ਕਿਹਾ ਜਾ ਕੇ SSP ਸਾਹਿਬ ਤੁਸੀਂ ਮੇਰੇ ਰਿਸ਼ਤੇਦਾਰ ਹੋ ਮੇਰਾ 25 ਸਾਲਾਂ ਦਾ ਪਿਆਰ ਸਿੱਖ ਪਰਿਵਾਰ ਨਾਲ ਹੈ ਇਹਨਾਂ ਨੂੰ ਕੰਡਾ ਵੀ ਨਹੀਂ ਚੁਬਣਾ ਚਾਹੀਦਾ ਅੱਜ ਦੇ ਘੇਰੇ ਵਿੱਚੋਂ ਸਹੀ ਸਲਾਮਤ ਬਾਹਰ ਨਿਕਲਣੇ ਚਾਹੀਦੇ ਨੇ ਇਹ ਗੱਲ ਸੁਣ ਕੇ SSP ਸੋਚਣ ਤੋਂ ਬਾਅਦ ਕਹਿਣ ਲੱਗਾ ਕਰਮ ਚੰਦਾ ਸਵਾਲ ਬੜਾ ਕੱਢਣਾ ਹੈ ਇਹ ਮੇਰੇ ਵਾਸਤੇ ਬੜਾ ਔਖਾ ਹੈ ਕਿਉਂਕਿ ਸਰਕਾਰ ਵੱਲੋਂ ਆਰਡਰ ਹੈ ਕਿ ਸਿੱਖ ਪਰਿਵਾਰ ਜਾਂ ਉਹਦਾ ਬੱਚਾ ਕੋਈ ਵੀ ਜਿਉਂਦਾ ਹੋਇਆ ਬਾਹਰ ਨਹੀਂ ਜਾਣਾ ਚਾਹੀਦਾ ਇਹਨੇ ਆਖਿਆ ਇੱਕ ਗੱਲ ਨਾ ਇਹਨਾਂ ਦਾ ਬਚਾਅ ਹੋ ਸਕਦਾ ਹੈ ਕਰਮ ਚੰਦ ਕਹਿੰਦਾ ਉਹ ਕਿਹੜੀ ਇਹ ਕਹਿੰਦਾ ਇਹਨਾਂ ਨੂੰ ਕਹਿ ਸਿਰ ਤੋਂ ਦਸਤਾਰਾਂ ਤਾਰਨ ਕਲੀਨ ਸ਼ੇਪ ਹੋ ਕੇ ਮੇਰੇ ਕੋਲ ਆਉਣ ਤਾਂ ਮੈਂ ਅੱਜ ਦੇ ਘੇਰੇ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਦੇਵਾਂਗਾ ਕਰਮ ਚੰਦ ਨੇ ਆਖਿਆ ਉਹਨੇ ਮੰਨਣਾ ਨਹੀਂ ਜੂਨ ਸਿੰਘ ਸਰਦਾਰ ਬੜਾ ਕੱਟੜ ਸਿੱਖ ਹੈ ਉਹਨੇ ਆਖਿਆ ਜਾਓ ਜਾ ਕੇ ਪੁੱਛ ਲੈ ਆਇਆ ਹੈ ਬਾਹਰ ਕਰਮ ਚੰਦ ਜੂਨ ਸਿੰਘ ਸਰਦਾਰ ਦੇ ਕੋਲ ਖਲੋ ਕੇ ਆਖਣ ਲੱਗਾ ਸਰਦਾਰਾ SSP ਕਹਿੰਦਾ ਸਿਰੋਂ ਦਸਤਾਰਾਂ ਉਤਾਰਨੀਆਂ ਪੈਣੀਆਂ ਅਜੇ ਉਤਾਰਨ ਵਾਲਾ ਸ਼ਬਦ ਇਹਦੇ ਮੂੰਹ ਵਿੱਚ ਹੈ ਇਹਨਾਂ 5 ਪਿਓ ਪੁੱਤਾਂ ਨੇ ਇਹਨੂੰ ਜਵਾਬ ਦਿੱਤਾ ਆਖਿਆ ਕਰਮ ਚੰਦਾ ਆਪਣੇ SSP ਨੂੰ ਕਹਿ ਦੇ ਅਸੀਂ ਖਾਲਸੇ ਖਾਲਸਾ ਹੈ ਧਰਮ ਸਾਡਾ ਅਸੀਂ ਖੋਪੜ ਲਹਾਉਣਾ ਜਾਣਦੇ ਹਾਂ ਤੇਗਾਂ ਸਾਵੇਂ ਅਸਾਂ ਦਾ ਜਨਮ ਹੋਇਆ ਅਰੇ ਥੱਲੇ ਵੀ ਮੌਜਾਂ ਮਾਣਦੇ ਹਾਂ ਛਾਤੀ ਡਾਹ ਕੇ ਜ਼ੁਲਮ ਨੂੰ ਰੋਕ ਲਈਏ ਅਸੀਂ ਵੈਰੀ ਦੀ ਅੱਖ ਪਛਾਣਦੇ ਹਾਂ ਕੀਮਾ ਕੀਮਾ ਤੇ ਟੁਕੜੇ ਹੋ ਜਾਈਏ
फिर भी रण विच वैरी नूं राण दे हां। साडे जिस्म दे विच जिन्ना चिर साह साडे सिर ते बजी हुई दस्तार नूं कोई अतार नहीं सकेगा, सिर जांदा ते बेशक चले जावे सिरों नहीं दस्तार तारनी। सिर जांदा ते बेशक चले जावे सिरों नहीं दस्तार तारनी, सिर जांदा ते बेशक चले जावे सिरों नहीं दस्तार तारनी, सिर जांदा ते सिर जांदा ते बेशक चले जावे सिरों नहीं दस्तार तारनी, ओ सिर जांदा ते बेशक चले जावे सिरों नहीं दस्तार तारनी, ओ सिर जांदा ते इस दस्तार ली सी होया कुर्बानियां, होया कुर्बानियां जी होया कुर्बानियां, ताइयों साडे सिरां उत्ते सौंदियां निशानियां, सौंदियां निशानियां, सौंदियां निशानियां, ताडा जीवन है उहदा सिक्की जो पुलावे सिरों नहीं दस्तार तारनी, सिर जांदा ते सिर जांदा ते बेशक चले जावे सिरों नहीं दस्तार तारनी, ओ सिर जांदा ते बेशक चले जावे सिरों नहीं दस्तार तारनी, ओ सिर जांदा ते भाई तारू सिंह ताइयो खोपड़ लुहाग गए, खोपड़ लुहाग गए, खोपड़ लुहाग गए, मणि सिंह ताइयो बंद बंद कटवा के गए, बंद कटवा के गए, बंद कटवा के गए, सण के सते सवासा नेब जावे सिरों नहीं दस्तार तारनी, सिर जांदा ते जांदा ते बेशक चले जावे सिरों नहीं दस्तार तारनी, ओ सिर जांदा ते जांदा ते बेशक चले जावे सिरों नहीं दस्तार तारनी, ओ सिर जांदा ते सुबेग ते सुबाज दोवें प्यो पुत सूरमे, प्यो पुत सूरमे जी प्यो पुत सूरमे, घर ते भलेखे सारे जाल मां दे दूर ने, जाल मां दे दूर ने, जाल मां दे दूर ने, ताइयों सूरमे ने सिद्ध की कोहाए सिरों नहीं दस्तार तारनी, ओ सिर जांदा ते सिर जांदा ते बेशक चले जावे सिरों नहीं दस्तार तारनी, ओ सिर जांदा ते बेशक चले जावे सिरों नहीं दस्तार तारनी, ओ सिर जांदा ते दसवें गुरां ने दित्ती सोहनी दस्तारे, सोहनी दस्तारे जी सोहनी दस्तारे, सिक्खी नूं वधाया उन्ना वार पर वारे, वार पर वारे, वार पर वारे, ताइयों रूप ने ओ खालसे कोहाए सिरों नहीं दस्तार तारनी, ओ सिर जांदा ते सिर जांदा ते बेशक चले जावे सिरों नहीं दस्तार तारनी, ओ सिर जांदा ते बेशक चले जावे सिरों नहीं दस्तार तारनी, ओ सिर जांदा ते होए के जुस इक सिर टोपी सिर तारदा, टोपी सिर तारदा जी टोपी सिर तारदा, गुरुआं दा कहना होए कुश्ती ओ मारदा, कुश्ती ओ मारदा, कुश्ती ओ मारदा, मार जावांगी तू कोई ना बचावे सिरों नहीं दस्तार तारनी, ओ सिर जांदा ते सिर जांदा ते बेशक चले जावे सिरों नहीं दस्तार तारनी, ओ सिर जांदा ते जांदा ते बेशक चले जावे सिरों नहीं दस्तार तारनी, ओ सिर जांदा ते करम चंद नूं जवाब दे के इह परिवार अपने घर चला गया है। इतिहास कहिंदा कि थोड़े दिनों बाद इस परिवार की दिल्ली दे विच बड़ी चर्चा हुई, 50-60 मुंडियां दा ਝਗੜ ਇੱਥੇ ਇਹਦੇ ਘਰ ਆ ਕੇ ਪਿਆ, ਇਹਨਾਂ ਨੂੰ ਘੇਰਾ ਪਾਇਆ। ਜੂਨ ਸਿੰਘ ਸਰਦਾਰ ਨੇ ਆਪਣੇ ਘਰ ਦੇ ਦਰਵਾਜ਼ੇ ਦਾ ਕੁੰਡਾ ਖੋਲਿਆ, ਅਗਲੇ ਬੰਨਿਓ ਇਹਨਾਂ ਨੇ ਖਾਲਸਾ ਜੀ ਵਾਰ ਕਰ ਦਿੱਤਾ। ਪੰਜਾਂ ਪਿਓ ਪੁੱਤਾਂ ਨੇ ਲੜ ਕੇ ਆਪਣੀ ਪੱਗ ਨੂੰ ਹੱਥ ਨਹੀਂ ਪਾਉਣ ਦਿੱਤਾ। ਇਹਨਾਂ ਜ਼ਾਲਮਾਂ ਨਾਲ ਲੋਹੇ ਨਾਲ ਲੋਹਾ ਲੈਂਦਿਆਂ ਹੋਇਆਂ ਸ਼ਹਾਦਤ ਦਾ ਜਾਮ ਹੈ ਐਂਉਂ ਪੀਤਾ। ਝਗੜ ਇੱਥੇ ਮੁੰਡਿਆਂ ਦਾ ਟੋਲਾ ਆ ਪਿਆ ਸੁਬਾ ਸਵੇਰੇ ਜੀ, ਪੰਜੇ ਪਿਓ ਪੁੱਤ ਆਣ ਜਾਲਮਾ ਲੈ ਲੈ ਆਪਣੇ ਘੇਰੇ ਜੀ, ਅੱਗੋਂ ਸੂਰਮੇ ਡਟ ਖਲੋਗੇ ਕਰਕੇ ਵੱਡਾ ਜੇਰਾ ਨੇ, ਹੱਥ ਪੱਗ ਨੂੰ ਪਾਉਣ ਨਾ ਦਿੱਤਾ ਜੋਦੇ ਮਰਦ ਦਲੇਰਾ ਨੇ, ਹੱਥ ਪੱਗ ਨੂੰ ਪਾਉਣ ਨਾ ਦਿੱਤਾ ਜੋਦੇ ਮਰਦ ਦਲੇਰਾ ਨੇ, ਸਭ ਤੋਂ ਪਹਿਲਾਂ
ਬੱਚਾ ਜੂਨ ਸਿੰਘ ਦਾ ਛੋਟਾ ਪੁੱਤਰ ਮਾਰ ਦਿੱਤਾ, ਖਿਜਿਆ ਹੋਇਆ ਸਿਰ ਤੇ ਬੱਦਾ ਸੀ ਦਸਤਾਰਾ ਤਾਰ ਦਿੱਤਾ। ਹੋ ਚੜ ਗਿਆ ਗੁੱਸਾ ਚੌਹਾਂ ਤਾਂ ਕਈ ਪਾਰ ਬਲਾ ਤੇ ਸ਼ੇਰਾਂ ਨੇ, ਹੱਥ ਪੱਗ ਨੂੰ ਪਾਉਣ ਨਾ ਦਿੱਤਾ ਜੋਧੇ ਮਰਦ ਦਲੇਰਾਂ ਨੇ, ਹੱਥ ਪੱਗ ਨੂੰ ਪਾਉਣ ਨਾ ਦਿੱਤਾ ਜੋਧੇ ਮਰਦ ਦਲੇਰਾਂ ਨੇ। 50-60 ਦੇ ਟੋਲੇ ਵਿੱਚੋਂ 40 ਲਗਭਗ ਮਾਰ ਦਿੱਤੇ, 50-60 ਦੇ ਟੋਲੇ ਵਿੱਚੋਂ 40 ਲਗਭਗ ਮਾਰ ਦਿੱਤੇ, ਅਥਰੇ ਜ਼ਾਲਮ ਜੋਚੀ ਫਿਰਦੇ ਤੋੜ ਛਰਾ ਹੰਕਾਰ ਦਿੱਤੇ। ਹੋ ਨਾਲ ਦੇਖਦੇ ਚਾਰ ਸੁੱਟੇ ਸੀ ਵਾਲ ਬੇਰੀ ਜੋ ਬੇਰਾਂ ਨੇ, ਹੱਥ ਪੱਗ ਨੂੰ ਪਾਉਣ ਨਾ ਦਿੱਤਾ ਜੋਧੇ ਮਰਦ ਦਲੇਰਾਂ ਨੇ, ਹੱਥ ਪੱਗ ਨੂੰ ਪਾਉਣ ਨਾ ਦਿੱਤਾ ਜੋਧੇ ਮਰਦ ਦਲੇਰਾਂ ਨੇ। ਲੜਦਾ ਲੜਦਾ ਤੀਜਾ ਪੁੱਤਰ ਪੇੜ ਚੜ ਗਿਆ ਵੈਰੀ ਦੀ, ਪਰਸੋਂ ਖੇਨੀ ਪੰਗਾ ਲੈ ਕੇ ਹੋਸ਼ ਪਲਾਤੀ ਯਾਰੀ ਦੀ, ਪਰਸੋਂ ਖੇਨੀ ਪੰਗਾ ਲੈ ਕੇ ਹੋਸ਼ ਪਲਾਤੀ ਯਾਰੀ ਦੀ। ਆ ਜਾ ਹੰਕਾਰੀ ਬਣ ਕੇ ਮੂੰਹ ਦੀ ਖਾਲੀ ਗੈਰਾ ਨੇ, ਆਏ ਜੋ ਹੰਕਾਰੀ ਬਣ ਕੇ ਮੂੰਹ ਦੀ ਖਾਲੀ ਗੈਰਾ ਨੇ, ਹੱਥ ਪੱਗ ਨੂੰ ਪਾਉਣ ਨਾ ਦਿੱਤਾ ਜੋਧੇ ਮਰਦ ਦਲੇਰਾਂ ਨੇ, ਹੱਥ ਪੱਗ ਨੂੰ ਪਾਉਣ ਨਾ ਦਿੱਤਾ ਜੋਧੇ ਮਰਦ ਦਲੇਰਾਂ ਨੇ। ਫਿਰ ਬਣ ਤੂਫਾਨ ਤਿੰਨਾਂ ਨੇ ਛੱਡਿਆ ਗੱਜ ਕੇ ਇੱਕ ਜਕਾਰਾ ਜੀ, ਰਹਿੰਦਾ ਵੈਰੀ ਵਾਂਗ ਲੈ ਲਿਆ ਭੱਜਿਆ ਹੋ ਨਕਾਰਾ ਜੀ। ਅਜੇ ਤੱਕ ਤਾਂ ਕੈ ਮੈਂ ਰੱਖੀ ਸਿੱਖੀ ਮਰਦ ਪਲੇਰਾਂ ਨੇ, ਹੱਥ ਪੱਗ ਨੂੰ ਪਾਉਣ ਨਾ ਦਿੱਤਾ ਜੋਧੇ ਮਰਦ ਦਲੇਰਾਂ ਨੇ, ਹੱਥ ਪੱਗ ਨੂੰ ਪਾਉਣ ਨਾ ਦਿੱਤਾ ਜੋਧੇ ਮਰਦ ਦਲੇਰਾਂ ਨੇ। ਫਿਰ ਚੌਕੇ ਗੁੰਡਿਆਂ ਦਾ ਟੋਲਾ ਆਣ ਪਿਆ ਸੀ ਸ਼ੇਰਾਂ ਤੇ, ਅੰਨੇ ਵਾਸੀ ਕਰਤੀ ਫੈਰਿੰਗ ਲਾਈਆਂ ਬਿਨਸੀ ਦੇਰਾਂ ਦੇ, ਕੀਤੇ ਬਚਨ ਸੀ ਤੋੜ ਨਵਾ ਗਏ ਛੱਡ ਕੇ ਮੇਰਾ ਤੇਰਾਂ ਨੇ, ਹੱਥ ਪੱਗ ਨੂੰ ਪਾਉਣ ਨਾ ਦਿੱਤਾ ਜੋਧੇ ਮਰਦ ਦਲੇਰਾਂ ਨੇ, ਹੱਥ ਪੱਗ ਨੂੰ ਪਾਉਣ ਨਾ ਦਿੱਤਾ ਜੋਧੇ ਮਰਦ ਦਲੇਰਾਂ ਨੇ। ਦਰਦੀ ਦੱਸ ਗਏ ਮੁੱਲ ਪੱਗ ਦਾ, ਦਰਦੀ ਦੱਸ ਗਏ ਮੁੱਲ ਪੱਗ ਦਾ ਦਿੱਤੀ ਜੋ ਬਾਜਾਂ ਵਾਲੇ ਨੇ, ਵਾਰਕ ਬੱਚੇ ਜੋ ਪਹਿਨਾਇਆ ਤਾਸ ਤਾਜਾਂ ਵਾਲੇ ਨੇ। ਹੋ ਨਾਲ ਲਿਆਉਂਦੇ ਰਹੇ ਤੋਰਦੇ ਪਾਜੀ ਪਾਈ ਜੋ ਕਹਿਰਾਂ ਨੇ, ਹੱਥ ਪੱਗ ਨੂੰ ਪਾਉਣ ਨਾ ਦਿੱਤਾ ਜੋਧੇ ਮਰਦ ਦਲੇਰਾਂ ਨੇ, ਹੱਥ ਪੱਗ ਨੂੰ ਪਾਉਣ ਨਾ ਦਿੱਤਾ ਜੋਧੇ ਮਰਦ ਦਲੇਰਾਂ ਨੇ। ਜੂਨ ਸਿੰਘ ਸਰਦਾਰ ਨੇ ਆਪਣੇ ਚੌਂ ਪੁੱਤਾਂ ਦੇ ਸਮੇਤ ਇਹਨਾਂ ਨਾਲ ਡਟ ਕੇ ਮੁਕਾਬਲਾ ਕੀਤਾ ਹੈ। ਸਭ ਤੋਂ ਪਹਿਲਾਂ ਇਹਨਾਂ ਜ਼ਾਲਮਾਂ ਨੇ ਉਹਦੇ ਛੋਟੇ ਪੁੱਤਰ ਨੂੰ ਮਾਰ ਦਿੱਤਾ ਅਤੇ ਖਾਲਸਾ ਜੀ ਜਦੋਂ ਸ਼ਹੀਦ ਹੋਏ ਅਤੇ ਸਿਰ 'ਤੇ ਬੱਝਾ ਦਸਤਾਰਾ ਉਹਨਾਂ ਨੇ ਆਪਣੇ ਪੈਰਾਂ ਵਿੱਚ ਖਿਲਾਰ ਦਿੱਤਾ ਹੈ। ਇਹ ਜਦੋਂ ਸੀਨ ਤੱਕਿਆ, ਬਾਕੀ ਜੂਨ ਸਿੰਘ ਸਰਦਾਰ ਅਤੇ ਤਿੰਨਾਂ ਪੁੱਤਾਂ ਨੇ ਇਹਨਾਂ ਜਕਾਰਾ ਛੱਡਿਆ ਕੀਤਾ, ਕਲਗੀਧਰ ਪਾਤਸ਼ਾਹ ਨੂੰ ਯਾਦ ਇਹਨਾਂ ਖਾਲਸਾ ਜੀ ਵੈਰੀ ਦੇ ਉੱਤੇ ਹੱਲਾ ਬੋਲ ਦਿੱਤਾ ਹੈ। ਇਹਨਾਂ 60 ਦੇ ਵਿੱਚੋਂ 40 ਖਤਮ ਕਰ ਦਿੱਤੇ ਨੇ, ਕਿਉਂਕਿ ਗੁਰੂ ਦੀ ਬਖਸ਼ਿਸ਼ ਹੈ ਇਸ ਪਰਿਵਾਰ 'ਤੇ। ਇਹਨਾਂ ਦੇ ਗਲਾਂ ਦੇ ਵਿੱਚ ਤਲਵਾਰਾਂ ਸਨ, ਧੂ ਕੇ ਮਿਆਨਾਂ ਦੇ ਵਿੱਚੋਂ ਤਲਵਾਰਾਂ ਇਹਨਾਂ ਨੇ ਜ਼ਾਲਮਾਂ ਦੇ ਛੱਕੇ ਛੱਡਾ ਦਿੱਤੇ ਨੇ। ਬਾਅਦ ਵਿੱਚ ਇਤਿਹਾਸ ਕਹਿੰਦਾ ਕਿ ਫਿਰ ਇਹ ਵੈਰੀ ਹਥਿਆਰਬੰਦ ਹੋ ਕੇ ਆਇਆ, ਇਹਨਾਂ ਆਉਂਦਿਆਂ ਸਾਰ ਹੀ ਜੂਨ ਸਿੰਘ ਸਰਦਾਰ ਦੇ ਪਰਿਵਾਰ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਇੱਧਰੋਂ ਕਰਮਚੰਦ ਹਿੰਦੂ ਜਿਹੜਾ ਆਲੂ ਅਤੇ ਗੰਢਿਆਂ ਦਾ ਵਪਾਰ ਕਰਦਾ, ਇਹ 407 ਗੱਡੀ ਲੈ ਕੇ ਆਇਆ। ਇਹਨੂੰ ਪਤਾ ਲੱਗਾ ਕਿ ਜੂਨ ਸਿੰਘ ਸਰਦਾਰ ਦੇ ਪਰਿਵਾਰ 'ਤੇ ਜ਼ਾਲਮਾਂ ਹੱਲਾ ਬੋਲਿਆ, ਇੱਧਰੋਂ ਗੋਲੀ ਵੱਧ ਰਹੀ ਹੈ। ਅਜੇ ਜਦੋਂ ਗੋਲੀ ਜੂਨ ਸਿੰਘ ਸਰਦਾਰ 'ਤੇ ਛਾਤੀ 'ਤੇ ਇਹਨਾਂ ਚਲਾਈ ਹੈ, ਭੱਜ ਕੇ ਕਰਮਚੰਦ ਇਹਦੇ ਅੱਗੇ ਹੋਇਆ। ਦੋ ਗੋਲੀਆਂ ਕਰਮਚੰਦ ਹਿੰਦੂ ਨੇ ਆਪਣੀ ਛਾਤੀ ਵਿੱਚ ਖੜਦੀਆਂ, ਜੂਨ ਸਿੰਘ ਸਰਦਾਰ ਨੇ ਇਹਨੂੰ ਬਾਹਾਂ ਵਿੱਚ ਲਿਆ, ਆਖਿਆ ਕਰਮਚੰਦਾ ਇਹ ਤੂੰ ਕੀ ਕੀਤਾ। ਇਹਨੇ ਆਖਿਆ ਕਿ ਆਪਣੇ ਅਤੇ ਜਿਹੜਾ ਮੈਂ ਗਦਾਰੀ ਦਾ ਦਾਗ ਲੱਗਣਾ ਸੀ ਉਹ ਧੋਤਾ, ਕਿਉਂਕਿ ਜੇ ਤੇਰਾ ਪਰਿਵਾਰ ਇਹ ਜ਼ਾਲਮ ਖਤਮ ਕਰ ਦਿੰਦੇ ਤਾਂ ਮੈਨੂੰ ਲੋਕਾਂ ਨੇ ਗਦਾਰ ਆਖਣਾ ਸੀ। ਕਰਮਚੰਦ ਹਿੰਦੂ ਵੀ ਸ਼ਹੀਦੀ ਪਾ ਗਿਆ। ਬਾਅਦ ਵਿੱਚ ਇਹਨਾਂ ਜ਼ਾਲਮਾਂ ਨੇ ਉਹਨਾਂ ਚੌਂ ਪਿਓ ਪੁੱਤਾਂ 'ਤੇ ਗੋਲੀ ਚਲਾਈ ਅਤੇ ਚੌਵਾਂ ਨੂੰ ਸ਼ਹੀਦ ਕਰ ਦਿੱਤਾ। ਇਸ ਪਰਿਵਾਰ ਨੇ ਇਹ ਸਿੱਧ ਕਰ ਦਿੱਤਾ ਕਿ ਇਹ ਦਸਤਾਰ ਕੋਈ ਐਰੀਗਰੀ ਚੀਜ਼ ਨਹੀਂ, ਇਹ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ। ਦਸਤਾਰ ਬਦਲੇ ਜਿੱਥੇ ਵੱਡਿਆਂ ਦੀਆਂ ਕੁਰਬਾਨੀਆਂ ਹੋਈਆਂ, ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਕੇ ਇਸ ਪਰਿਵਾਰ ਨੇ ਵੀ ਦਸਤਾਰ ਨੂੰ ਕਾਇਮ ਰੱਖਿਆ ਅਤੇ ਸ਼ਹਾਦਤ ਦਾ ਜਾਮ ਪੀਤਾ। ਆਓ ਗੁਰੂ ਖਾਲਸਾ ਜੀ, ਇਹ ਪ੍ਰਸੰਗ ਟੂਕ ਮਾਤਰ ਵਿਚਾਰਾਂ ਰਾਹੀਂ ਆਪ ਜੀ ਨਾਲ ਸਾਂਝਾ ਕੀਤਾ। ਪ੍ਰਸੰਗ ਵਿਸਤਾਰ ਨਾਲ ਸੁਣਨਾ ਹੋਵੇ
ਭਾਈ ਲਖਵਿੰਦਰ ਸਿੰਘ ਦਰਦੀ ਦੇ ਜਥੇ ਦੀ ਤੁਸੀਂ ਸੇਵਾ ਲੈ ਸਕਦੇ ਹੋ। 7529099 ਤੇ ਕਾਲ ਕਰੋ ਤੇ ਸਾਡੇ ਜਥੇ ਨੂੰ ਯਾਦ ਕਰਕੇ ਸੇਵਾ ਲਓ। ਆਓ ਗੁਰੂ ਖਾਲਸਾ ਜੀ, ਅੱਜ ਦੇ ਪ੍ਰਸੰਗ ਵਿੱਚ ਸਾਥ ਦੇ ਰਹੇ ਸਨ ਭਾਈ ਹਰਿੰਦਰ ਸਿੰਘ ਜੌਲ, ਭਾਈ ਜਸਵੰਤ ਸਿੰਘ ਹੀਰਾ, ਭਾਈ ਹਰਮਨ ਸਿੰਘ ਦਲੇਰ, ਜਿਹਦੀ ਪੇਸ਼ਕਾਸ਼ ਭਾਈ ਲਖਵਿੰਦਰ ਸਿੰਘ ਦਰਦੀ ਦੇ ਜਥੇ ਵੱਲੋਂ ਹੋਈ ਹੈ। ਭੁੱਲਾਂ ਚੁੱਕਾਂ ਦੀ ਮਾਫੀ ਦੇ ਕੇ ਫਤਿਹ ਬੁਲਾਓ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।